ਹੈਲੋ ਐਵਰੀਵਨ, ਵੈਲਕਮ ਟੂ ਮਾਈ ਚੈਨਲ। ਕੀ ਹਾਲ ਚਾਲ ਹੈ ਤੁਹਾਡੇ? ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ। ਅਤੇ ਅੱਜ ਇੱਕ ਨਵਾਂ ਦਿਨ ਅਤੇ ਇੱਕ ਨਵਾਂ ਬਲੌਗ ਅਤੇ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਬਹੁਤ ਹੀ ਵਧੀਆ ਹੈਲਥੀ ਰੈਸਿਪੀ, ਅਤੇ ਜਿਸਦਾ ਨਾਂ ਆ ਸਾਬੂਦਾਨਾ ਖਿਚੜੀ। ਅਤੇ ਮੋਸਟਲੀ ਮੈਂ ਬ੍ਰੇਕਫਾਸਟ ਵਿੱਚ ਪੋਹਾ ਜਾਂ ਸਾਬੂਦਾਨਾ ਖਿਚੜੀ ਜਾਂ ਇੱਕ ਬਰਮਸੀਲੀ ਆਉਂਦੀ ਹੈ ਨਾ, ਉਹ ਹੀ ਜ਼ਿਆਦਾ ਬਣਾਉਂਦੀ ਹਾਂ। ਅਤੇ ਵੀਕ 'ਚ ਇੱਕ ਜਾਂ ਦੋ ਵਾਰ ਅਸੀਂ ਹੈਵੀ ਬ੍ਰੇਕਫਾਸਟ ਕਰਦੇ ਹਾਂ। ਅਤੇ ਇੱਥੇ ਮੈਂ ਲੈ ਲਿਆ ਹੈ ਦੇਸੀ ਘਿਓ 2 ਸਪੂਨ। ਅਤੇ ਇਹ ਮੋਸਟਲੀ ਸਾਬੂਦਾਨਾ ਖਿਚੜੀ ਹੈ ਜਿਹੜੀ, ਇਹ ਦੇਸੀ ਘਿਓ 'ਚ ਹੀ ਬਣਦੀ ਆ, ਬਟ ਜੇ ਤੁਸੀਂ ਤੇਲ ਲੈਣਾ ਚਾਹੁੰਦੇ ਤੇਲ ਵੀ ਲੈ ਸਕਦੇ ਹਾਂ। ਅਤੇ ਇੱਥੇ ਦੇਸੀ ਘਿਓ ਲੈ ਕੇ, ਦੇਸੀ ਘਿਓ ਹੋ ਗਿਆ ਗਰਮ, ਉਹਦੇ ਵਿੱਚ ਮੈਂ ਪਾਈ ਹੈ ਥੋੜ੍ਹੀ ਜਿਹੀ ਰਾਈ ਅਤੇ ਸੁੱਕੀ ਲਾਲ ਮਿਰਚ ਅਤੇ ਕੜੀ ਪੱਤਾ। ਜੇ ਤੁਸੀਂ ਚਾਹੋ ਤੁਸੀਂ ਗ੍ਰੀਨ ਚਿੱਲੀ ਵੀ ਯੂਜ਼ ਕਰ ਸਕਦੇ ਹਾਂ, ਬਟ ਆਈ ਪ੍ਰੈਫਰ ਡਰਾਈ ਰੈੱਡ ਚਿੱਲੀ। ਅਤੇ ਉਹ ਤੋਂ ਬਾਅਦ ਐਡ ਕੀਤਾ ਹੈ ਮੈਂ ਸਾਬੂਦਾਨਾ, ਜਿਹੜਾ ਕਿ ਮੈਂ ਔਲਰੇਡੀ ਰਾਤ ਨੂੰ ਸੋਕ ਕਰਕੇ ਰੱਖਿਆ ਸੀ, ਓਵਰਨਾਈਟ ਸੋਕ ਹੋਇਆ ਆ। ਅਤੇ ਵੱਧ ਤੋਂ ਵੱਧ ਸਾਬੂਦਾਨਾ ਨੂੰ ਸੋਕ ਕਰਨ ਲਈ 3 ਤੋਂ 4 ਘੰਟੇ ਚਾਹੀਦੇ ਆ, ਬਟ ਜੇ ਤੁਸੀਂ ਇਹਨੂੰ ਰਾਤ ਨੂੰ ਹੀ ਸੋਕ ਕਰਕੇ ਰੱਖ ਦਿਓ, ਵੈਲ ਐਂਡ ਗੁੱਡ ਆ ਅਤੇ ਵਧੀਆ ਫੁੱਲ ਜਾਂਦਾ ਆ ਅਤੇ ਵਧੀਆ ਸੌਫਟ ਬਣਦਾ ਆ। ਅਤੇ ਇਸ ਤੋਂ ਬਾਅਦ ਮੈਂ ਐਡ ਕੀਤੇ ਆ ਇਹਦੇ ਵਿੱਚ ਬੋਇਲਡ ਆਲੂ। ਅਤੇ ਤੁਸੀਂ ਇਹਨੂੰ, ਜੇ ਤੁਸੀਂ ਬੋਇਲਡ ਆਲੂ ਨਹੀਂ ਯੂਜ਼ ਕਰਨੇ, ਤੁਸੀਂ ਇਹਨੂੰ ਮਤਲਬ ਤੇ ਘੇ ਵਿੱਚ ਸਾਬੂਦਾਨਾ ਐਡ ਕਰਨ ਤੋਂ ਪਹਿਲਾਂ ਜਸਟ ਆਲੂ ਪਾ ਕੇ ਫਰਾਈ ਕਰ ਸਕਦੇ ਹਾਂ। ਅਤੇ ਥੋੜ੍ਹੇ ਜਿਹੇ ਤੋਂ ਪੱਕ ਜੂਗੇ ਫਿਰ ਤੁਸੀਂ ਸਾਬੂਦਾਨਾ ਐਡ ਕਰ ਸਕਦੇ ਹੋ ਉਹਦੇ ਵਿੱਚ, ਬਟ ਇਹ ਵਾਲੇ ਆਲੂ ਮੈਂ ਬੋਇਲ ਕੀਤੇ ਆ ਅਤੇ ਇਸ ਲਈ ਮੈਂ ਸਾਬੂਦਾਣੇ ਦੇ ਨਾਲ ਹੀ ਐਡ ਕਰ ਦਿੱਤੇ ਆ, ਤਾਂ ਜੋ ਜਿੰਨੇ ਵੀ ਫਰਾਈ ਹੋਣੇ ਇਹਦੇ ਵਿੱਚ ਹੀ ਫਰਾਈ ਹੋ ਜਾਣ। ਅਤੇ ਉਸ ਤੋਂ ਬਾਅਦ ਮੈਂ ਐਡ ਕੀਤਾ ਆ ਇਹਦੇ ਵਿੱਚ ਸੋਲਟ ਟੂ ਟੇਸਟ, ਅਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਤੁਸੀਂ ਦੇਖ ਸਕਦੇ ਆ ਥੋੜ੍ਹਾ ਇਹ ਟਰਾਂਸਪੇਰੈਂਟ ਹੋਣ ਲੱਗ ਪਿਆ ਆ। ਜਦੋਂ ਸਾਬੂਦਾਣਾ ਟਰਾਂਸਪੇਰੈਂਟ ਹੋਣ ਲੱਗ ਜਾਵੇ, ਇਹਦਾ ਮਤਲਬ ਹੈ ਕਿ ਇਹ ਪੱਕਣਾ ਸ਼ੁਰੂ ਹੋ ਗਿਆ ਹੈ। ਅਤੇ ਆਪਾਂ ਜਿੰਨੇ ਵੀ ਸਾਬੂਦਾਣੇ ਦੇ ਦਾਣੇ ਆ ਸਾਰਿਆਂ ਨੂੰ ਵੇਟ ਕਰਨੀ ਹੈ ਕਿ ਟਰਾਂਸਪੇਰੈਂਟ ਹੋ ਜਾਵੇ। ਅਤੇ ਇਹਨੂੰ ਢੱਕ ਕੇ ਨਹੀਂ ਪਕਾਉਣਾ, ਤੁਸੀਂ ਇਹਨੂੰ ਓਪਨ ਲਿਡ ਵਿੱਚ ਹੀ ਪਕਾਉਣਾ ਆ, ਲੋ ਤੋਂ ਮੀਡੀਅਮ ਹੀਟ ਦੇ ਵਿੱਚ। ਅਤੇ ਇਹਨੂੰ ਨਾਲ ਦੀ ਨਾਲ ਹਿਲਾਉਂਦੇ ਰਹੋ। ਅਤੇ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਐਡ ਕੀਤਾ ਆ ਪੀਨਟ ਪਾਊਡਰ, ਜਿਹਨੂੰ ਮੂੰਗਫਲੀ ਕਹਿੰਦੇ ਆ। ਮੂੰਗਫਲੀ ਦਾ ਪਾਊਡਰ ਫਰੈਸ਼ ਬਣਾ ਕੇ ਇਹਨੂੰ ਐਡ ਕੀਤਾ ਆ। ਅਤੇ ਤੁਸੀਂ ਜੇ ਤੁਹਾਡੇ ਕੋਲ ਬਣਿਆ ਬਣਾਇਆ ਪੀਨਟ ਪਾਊਡਰ ਹੈ ਤਾਂ ਤੁਸੀਂ ਉਹ ਯੂਜ਼ ਕਰ ਸਕਦੇ ਆ। ਜੇ ਘਰ ਤੁਸੀਂ ਫਰੈਸ਼ ਬਣਾਉਣਾ ਆ, ਜਸਟ ਰੋਸਟ ਕਰਨੀ ਆ ਪੀਨਟ, ਡਰਾਈ ਰੋਸਟ, ਕੁਛ ਓਇਲ ਵਗੈਰਾ ਕੁਛ ਨਹੀਂ ਪਾਉਣਾ ਤੁਸੀਂ ਉਹਦੇ ਵਿੱਚ। ਅਤੇ ਉਹ ਓਇਲ ਉਹਨੂੰ ਥੋੜ੍ਹਾ ਜਿਹਾ ਰੋਸਟ ਕਰਨ ਤੋਂ ਬਾਅਦ ਠੰਡਾ ਕਰ ਲਓ, ਉਹਦੀ ਸਕਿਨ ਪੀਲ ਕਰ ਲਓ। ਪੀਲ ਕਰਨ ਤੋਂ ਬਾਅਦ ਤੁਸੀਂ ਉਹਦਾ ਮਤਲਬ ਪਾਊਡਰ ਬਣਾ ਸਕਦੇ ਆ ਮਿਕਸੀ ਜਾਂ ਗ੍ਰੈਂਡਰ 'ਚ ਵੀ ਤੁਸੀਂ ਬਣਾਉਣਾ ਆ। ਅਤੇ ਚਲੋ ਵਾਪਸ ਆਪਾਂ ਸਾਬੂਦਾਨੇ 'ਤੇ ਆਉਂਦੇ ਹਾਂ। ਸਾਬੂਦਾਨੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਆ, ਇਹ ਬਹੁਤ ਜਲਦੀ ਪੱਕ ਜਾਂਦਾ ਆ, ਇਹਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਪੱਕਣ ਨੂੰ। ਅਤੇ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਐਡ ਕੀਤੀ ਆ ਥੋੜ੍ਹੀ ਜਿਹੀ ਸ਼ੂਗਰ ਐਡ ਕੀਤੀ ਆ, ਜਸਟ ਇਹਦਾ ਜਿਹੜਾ ਟੇਸਟ ਆ ਨਾ ਉਹਨੂੰ, ਜਿੱਦਾਂ ਕੜੀ ਪੱਤਾ ਪਾਇਆ ਆ ਪਰ ਚਿੱਲੀ ਪਾਈ ਆ, ਉਹਦਾ ਟੇਸਟ ਬੈਲੈਂਸ ਕਰਨ ਲਈ ਸ਼ੂਗਰ ਪਾਈ ਆ, ਨਾ ਕਿ ਉਹਨੂੰ ਮਿੱਠਾ ਕਰਨ ਲਈ। ਅਤੇ ਉਸ ਤੋਂ ਬਾਅਦ ਮੈਂ ਪਾਇਆ ਇਹਦੇ ਵਿੱਚ ਕੋਰੀਐਂਡਰ, ਸਪਰਿੰਗ ਅਨੀਅਨ। ਜੇ ਤੁਹਾਡੇ ਕੋਲ ਸਪਰਿੰਗ ਅਨੀਅਨ ਟੋਟਲੀ ਆਪਸ਼ਨਲ ਆ, ਜੇ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਯੂਜ਼ ਕਰ ਲਿਓ, ਜੇ ਤੁਹਾਡੇ ਕੋਲ ਨਹੀਂ ਹੈਗਾ ਤਾਂ ਤੁਸੀਂ ਸਕਿੱਪ ਵੀ ਕਰ ਸਕਦੇ ਹਾਂ, ਪਰ ਕੋਰੀਐਂਡਰ ਜ਼ਰੂਰ ਪਾਇਓ। ਕੋਰੀਐਂਡਰ ਨਾਲ ਟੇਸਟ ਬਹੁਤ ਸੋਹਣਾ ਆਉਂਦਾ ਆ, ਅਤੇ ਟੇਸਟ ਵੀ ਅਤੇ ਇੱਕ ਕਲਰ ਵੀ ਬਹੁਤ ਵਧੀਆ ਆਉਂਦਾ ਆ, ਫਰੈਸ਼ ਲੱਗਦਾ ਦੇਖਣ ਨੂੰ। ਅਤੇ ਹੇਅਰ ਵੀ ਗੋ, ਆਪਣਾ ਸਾਬੂਦਾਨਾ ਹੋ ਗਿਆ ਰੈਡੀ। ਇੰਜੋਏ ਕਰਾਂਗੇ ਆਪਾਂ ਆਪਣਾ ਬ੍ਰੇਕਫਾਸਟ। ਅਤੇ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਵਾਲੀ ਰੈਸਪੀ ਬਹੁਤ ਸੋਹਣੀ ਲੱਗੀ ਹੋਊਗੀ, ਵਧੀਆ ਲੱਗੀ ਹੋਊਗੀ। ਪਲੀਜ਼ ਟਰਾਈ ਜ਼ਰੂਰ ਕਰਨਾ, ਯੂ ਵਿਲ ਲਵ ਇਟ। ਥੈਂਕ ਯੂ ਗਾਈਸ, ਸੀ ਯੂ ਇਨ ਦਾ ਨੈਕਸਟ ਵੀਡੀਓ ਇੱਕ ਨਵੀਂ ਰੈਸਪੀ ਦੇ ਨਾਲ। ਇੱਕ ਵਾਰ ਹੋਰ ਵੀਡੀਓ 'ਚ ਆਵਾਂਗੇ। ਥੈਂਕ ਯੂ, ਬਾਏ। ਥੈਂਕ ਯੂ ਫਾਰ ਵਾਚਿੰਗ, ਸੀ ਯੂ, ਟੇਕ ਕੇਅਰ, ਬਾਏ ਬਾਏ।